ਕੱਲੀ ਜਣੀ ਹਾਂ ਅਤੇ ਵਿਧਵਾ ਮੈਂ ਹੈਗੀ ਹਾਂ ਅਤੇ ਮੇਰੀ ਤਾਂ ਇਹੀ ਮਿਹਨਤ ਆ ਹੱਥ ਜੋੜ ਕੇ ਅਤੇ ਮੇਰੀ ਇਹ ਕੁਟੀਆ ਬਣਾ ਦੇਣ ਝੌਂਪੜੀ ਅਤੇ ਸਰਕਾਰਾਂ ਆਉਣੀਆਂ ਦੇਖ ਕੇ ਚਲ ਜਾਂਦੀਆਂ ਆ ਪੰਚਾਂ ਸਰਪੰਚਾਂ ਨੇ ਵੀ ਕਈ ਵਾਰ ਫਾਰਮ ਭਰੇ ਆ। ਇਹ ਵਿਧਵਾ ਬਜ਼ੁਰਗ ਔਰਤ ਗੜ੍ਹ ਸ਼ੰਕਰ ਦੇ ਪਿੰਡ ਸਤਨੌਰ ਦੀ ਰਹਿਣ ਵਾਲੀ ਹੈ ਜਿਸ ਦਾ ਨਾਮ ਹੈ ਰੇਸ਼ਮ ਦੇਵੀ। ਇਸ ਬਜ਼ੁਰਗ ਔਰਤ ਦੇ ਘਰ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਮਕਾਨ ਨਾ ਹੋਣ ਕਾਰਨ ਇਹ ਔਰਤ ਇੱਕ ਖਸਤਾ ਹਾਲਤ ਦੇ ਕਮਰੇ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਜਿਸਦੀ ਕਿ ਛੱਤ ਵੀ ਟੀਨਾਂ ਦੀ ਬਣੀ ਹੋਈ ਹੈ। ਉੱਥੇ ਮੀਂਹ ਹਨੇਰੀ ਤੇ ਝੱਖੜ ਦੇ ਦਿਨਾਂ ਵਿੱਚ ਇਹ ਕਮਰਾ ਕਿਸੇ ਵੀ ਵਕਤ ਢਹਿ ਢੇਰੀ ਹੋ ਸਕਦਾ ਹੈ। ਇੱਕ ਤਾਂ ਇਹ ਬਜ਼ੁਰਗ ਔਰਤ ਗਰੀਬੀ ਦੀ ਮਾਰ ਚੱਲ ਰਹੀ ਹੈ, ਉੱਪਰੋਂ ਇਹ ਬਜ਼ੁਰਗ ਔਰਤ ਇਸ ਖਸਤਾ ਹਾਲਤ ਦੇ ਕਮਰੇ ਦੇ ਵਿੱਚ ਇਕੱਲੀ ਰਹਿਣ ਨੂੰ ਮਜਬੂਰ ਹੈ। ਦੱਸ ਦਈਏ ਕਿ ਇਸ ਬਜ਼ੁਰਗ ਔਰਤ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ ਹੈ। ਉੱਥੇ ਹੀ ਰੇਸ਼ਮ ਦੇਵੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਨੂੰ 700 ਰੁਪਏ ਪੈਨਸ਼ਨ ਮਿਲਦੀ ਹੈ ਜਿਸ ਦੇ ਨਾਲ ਉਸਦਾ ਰਾਸ਼ਨ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਆਪਣੀ ਦਵਾਈ ਵੀ ਪੂਰੀ ਨਹੀਂ ਲੈ ਸਕਦੀ। ਉੱਥੇ ਹੀ ਰੇਸ਼ਮਾ ਦੇਵੀ ਦੇ ਘਰ ਦਾ ਸਾਰਾ ਸਮਾਨ ਵੀ ਬਾਹਰ ਹੀ ਪਿਆ ਜੋ ਕਿ ਮੀਂਹ ਹਨੇਰੀ ਆਉਣ ਕਾਰਨ ਘੜ ਚੁੱਕਿਆ ਹੈ। ਉਹਨਾਂ ਦੱਸਿਆ ਕਿ ਸਰਕਾਰੀ ਲੀਡਰ ਆਉਂਦੇ ਤਾਂ ਜ਼ਰੂਰ ਨੇ ਪਰ ਉਹ ਮੇਰੀ ਝੌਂਪੜੀ ਵੇਖ ਕੇ ਚਲੇ ਜਾਂਦੇ ਨੇ ਅਤੇ ਉਸਦੀ ਮਦਦ ਕੋਈ ਵੀ ਨਹੀਂ ਕਰਦਾ। ਰੇਸ਼ਮ ਦੇਵੀ ਨੇ ਦੱਸਿਆ ਕਿ ਉਸਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਾਰਮ ਵੀ ਭਰੇ ਨੇ ਅਤੇ ਕਈ ਵਾਰ ਲੀਡਰਾਂ ਅਤੇ ਪ੍ਰਸ਼ਾਸਨ ਕੋਲ ਮਦਦ ਦੀ ਗੁਹਾਰ ਵੀ ਲਗਾਈ ਹੈ ਪਰ ਕਿਸੇ ਨੇ ਵੀ ਉਸਦੀ ਕੋਈ ਸਾਰ ਨਹੀਂ ਲਈ। ਰੇਸ਼ਮ ਦੇਵੀ ਨੇ ਦੱਸਿਆ ਕਿ ਉਸਦੇ ਘਰ ਦਾ ਸਾਰਾ ਸਮਾਨ ਬਾਹਰ ਪਿਆ ਹੋਣ ਕਾਰਨ ਹੁਣ ਖਰਾਬ ਹੋ ਚੁੱਕਿਆ। ਮੈਨੂੰ ਬਹੁਤ ਸਮਾਂ ਹੋ ਗਿਆ ਇੱਥੇ ਰਹਿੰਦੀ ਨੂੰ ਉਸ ਝੌਂਪੜੀ ਦੇ ਵਿੱਚ ਅਤੇ ਮੇਰਾ ਸਮਾਨ ਵੀ ਬਾਹਰ ਪਿਆ ਗਲਦਾ ਆ ਅਤੇ ਸਰਕਾਰਾਂ ਆਉਣੀਆਂ ਦੇਖ ਕੇ ਚਲ ਜਾਂਦੀਆਂ ਆ ਪੰਚਾਂ ਸਰਪੰਚਾਂ ਨੇ ਵੀ ਕਈ ਵਾਰ ਫਾਰਮ ਭਰੇ ਆ, ਕੋਈ ਮੇਰੀ ਸੁਣਾਈ ਨਹੀਂ ਹੁੰਦੀ ਹੈਗੀ। ਆਉਂਦੇ ਆ ਦੇਖ ਕੇ ਚਲ ਜਾਂਦੇ ਆ, ਕੋਈ ਨਹੀਂ ਮੈਨੂੰ ਗੱਲਬਾਤ ਕਰਦਾ। 700 ਰੁਪਈਆ ਪੈਨਸ਼ਨ ਮਿਲਦੀ ਆ, ਉਹਦੇ ਵਿੱਚ ਗੁਜ਼ਾਰਾ ਕਰਦੀ, ਦੁਆ ਦਾਰੂ ਮਾੜਾ ਮੋਟਾ ਆਪਣਾ ਟਾਈਮ ਪਾਸ ਕਰਦੀ ਹਾਂ, ਪਰ ਹੁਣ ਤਾਂ ਮੇਰੇ ਕੋਲ ਮੈਂ ਸਿਆਂ ਜ਼ਿਆਦਾ ਮੇਰੀ ਸਿਹਤ ਡਾਊਨ ਹੁੰਦੀ ਆ, ਹੋਈ ਜਾਂਦੀ ਤਾਂ ਮੈਨੂੰ ਦਿਨੋਂ ਦਿਨ ਅਤੇ ਇਕੱਲੀ ਜਣੀ ਹਾਂ ਅਤੇ ਵਿਧਵਾ ਮੈਂ ਹੈਗੀ ਹਾਂ ਅਤੇ ਮੇਰੀ ਤਾਂ ਇਹੀ ਮਿਹਨਤ ਆ ਹੱਥ ਜੋੜ ਕੇ ਅਤੇ ਮੇਰੀ ਇਹ ਕੁਟੀਆ ਬਣਾ ਦੇਣ ਝੌਂਪੜੀ, ਤਾਂ ਮੈਂ ਇਹਨਾਂ ਵੀਰਾਂ ਦਾ ਇਹਨਾਂ ਬੱਚਿਆਂ ਦਾ ਧੰਨਵਾਦ ਕਰੂੰਗੀ। ਤਾਂ ਮੇਰੀ ਤਾਂ ਬਸ ਇਹੀ ਸੁਣਾਈ ਹੋਣੀ ਚਾਹੀਦੀ ਆ। ਅਤੇ ਫਾਰਮ ਅਸੀਂ ਬਹੁਤ ਵਾਰੀ ਜੀ ਭਰੇ ਆ, ਸਾਡੀ ਕੋਈ ਵੀ ਫਾਰਮ ਨਹੀਂ ਨਿਕਲਿਆ, ਬਹੁਤ ਵਾਰੀ, ਇੱਕ ਵਾਰੀ ਨਹੀਂ ਭਰੇ, ਬਹੁਤ ਵਾਰੀ ਭਰੇ ਆ, ਸਾਡੀ ਸੁਣਾਈ ਨਹੀਂ ਹੁੰਦੀ ਹੈਗੀ, ਸਾਡੀ ਕੋਈ ਸੁਣਦਾ ਹੀ ਨਹੀਂ ਜੀ ਹੈਗਾ। ਅਤੇ ਲੋਕਾਂ ਦੇ ਸਾਰਿਆਂ ਦੇ ਮਕਾਨਾਂ ਵਾਸਤੇ ਪੈਸੇ ਆਏ ਆ, ਸਾਡੀ ਕੁਟੀਆ ਨੂੰ ਦੇਖ ਝੌਂਪੜੀ ਨੂੰ ਦੇਖ ਕੇ ਚਲ ਜਾਂਦੇ ਆ, ਵੀ ਜਿੱਦਾਂ ਮਤਲਬ ਕੋਈ ਸੁਣਾਈ ਸਾਡੇ ਵਾਸਤੇ ਕੁਛ ਹੈ ਹੀ ਨਹੀਂ ਸਰਕਾਰ ਦੇ ਘਰ। ਅਤੇ ਮੇਰਾ ਬਾਹਰ ਸਮਾਨ ਵੀ ਪਿਆ ਰੁਲਦਾ ਆ ਗਲਦਾ ਆ, ਤੁਸੀਂ ਆਣ ਕੇ ਦੇਖ ਸਕਦੇ ਆ। ਅਤੇ ਮੇਰਾ ਸਮਾਨ ਵੀ ਇੰਨੇ, ਮੇਰੇ ਕੱਪੜੇ ਵੀ ਗਲ ਗਏ ਆ, ਅਤੇ ਮੈਂ ਦਾਣੇ ਵੀ ਜਿਹੜੇ ਆ ਉਹ ਵੀ ਮੇਰੇ ਬਹੁਤ ਉਂਗਰ ਗਏ ਆ। ਅਤੇ ਅਵੀਂ ਅਵੀਂ ਟਾਈਮ ਪਾਸ ਕਰਦੀ ਹਾਂ, ਮਰੀਜ਼ ਹੈਗੀ ਹਾਂ। ਮੇਰਾ ਤਾਂ ਬਸ ਇਹ ਝੌਂਪੜੀ ਬਣ ਜਾਵੇ ਤਾਂ ਬਹੁਤ ਵਧੀਆ ਗੱਲ ਆ, ਮੈਂ ਉਹਨਾਂ ਦੇ ਧੰਨਵਾਦ, ਮੇਰੀ ਬਸ ਇਹ ਸੁਣਾਈ ਹੋਣੀ ਚਾਹੀਦੀ ਹੈ। ਉੱਥੇ ਪਿੰਡ ਵਾਸੀ ਨੇ ਦੱਸਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੰਚਾਇਤ ਵੱਲੋਂ ਵੀ ਫਾਰਮ ਭਰ ਕੇ ਦਿੱਤੇ ਨੇ ਪਰ ਪਤਾ ਨਹੀਂ ਉਹ ਫਾਰਮ ਕਿੱਥੇ ਚਲੇ ਜਾਂਦੇ ਨੇ। ਉਹਨਾਂ ਦੱਸਿਆ ਕਿ ਜਦੋਂ ਮੀਂਹ ਹਨੇਰੀ ਆਉਂਦੀ ਹੈ ਤਾਂ ਉਸਦਾ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਤਾਂ ਉਹਨਾਂ ਨੇ ਇਸ ਬਜ਼ੁਰਗ ਔਰਤ ਨੂੰ ਮੀਂਹ ਹਨੇਰੀ ਦੇ ਦਿਨਾਂ ਵਿੱਚ ਆਪਣੇ ਘਰ ਰਹਿਣ ਨੂੰ ਜਗ੍ਹਾ ਵੀ ਦਿੱਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਦੱਸ ਦਈਏ ਕਿ ਪਿੰਡ ਵਾਸੀ ਨੇ ਇਸ ਬਜ਼ੁਰਗ ਔਰਤ ਦੀ ਮਦਦ ਲਈ ਗੁਹਾਰ ਲਗਾਈ ਹੈ ਤਾਂ ਕਿ ਉਹ ਆਪਣੀ ਬੱਚੀ ਜ਼ਿੰਦਗੀ ਸੁਚੱਜੇ ਢੰਗ ਨਾਲ ਜੀ ਸਕੇ। ਇਹ ਰੇਸ਼ਮ ਦੇਵੀ ਆ, ਇਹ ਵਿਚਾਰੀ ਬਹੁਤ ਗਰੀਬਣੀ ਆ, ਘਰ ਵਾਲਾ ਵੀ ਸਿਰ 'ਤੇ ਹੈ ਨੀਗਾ, ਇਹ ਇਕੱਲੀ ਰਹਿੰਦੀ ਆ, ਇਹਦਾ ਕੋਈ ਵੀ ਠੋਡਾ ਨਹੀਂ ਹੈਗਾ। ਅਸੀਂ ਪ੍ਰਧਾਨ ਮੰਤਰੀ ਯੋਜਨਾ ਵੱਲੋਂ ਵੀ, ਆਪਣੀ ਪੰਚਾਇਤ ਵੱਲੋਂ ਵੀ ਮਤੇ ਪਾ ਕੇ ਵੀ ਦਿੱਤੇ ਆ, ਫਾਰਮ ਭਰ ਕੇ ਵੀ ਦਿੱਤੇ ਆ, ਫਾਰਮ ਵੀ ਪਤਾ ਨਹੀਂ ਕਿੱਥੇ ਇਹਨਾਂ ਦੇ ਚਲੇ ਜਾਂਦੇ ਆ, ਕੋਈ ਮਸਲਾ ਨਹੀਂ ਹੱਲ ਹੁੰਦਾ। ਇਹਦਾ ਕੋਈ ਵੀ ਮਸਲਾ ਇਹਦਾ ਹੱਲ ਕਰ ਦੇਵੇ, ਇਹਦੀ ਵਿਚਾਰੀ ਦੀ ਝੌਂਪੜੀ ਬਣਾ ਦੇਵੇ। ਕਈ ਵਾਰੀ ਮੀਂਹ ਆਉਂਦਾ ਆ, ਮੀਂਹ 'ਚ ਵਿਚਾਰੀ ਦੇ ਕੱਪੜੇ ਖਰਾਬ ਹੋ ਜਾਂਦੇ, ਕੱਪੜੇ ਭਿੱਜ ਜਾਂਦੇ ਆ, ਕਈ ਵਾਰੀ ਤਾਂ ਅਸੀਂ ਆਪਣੇ ਘਰ ਸਲਾਏ ਆ। ਬਹੁਤ ਇਹਨਾਂ ਦਾ ਮੰਦਾ ਹਾਲ ਆ, ਇਸ ਵੇਲੇ ਦੇਖਣੇ ਯੋਗ ਆ ਜੋ ਇਹਨਾਂ ਦਾ ਹਾਲ ਆ। ਸਰਕਾਰਾਂ
कुछ नहीं इस वेल्ले सुनदियां इन्हां दी बेचारे दी। कई बार फार्मासी पंचायत वालों जां होर प्रधानमंत्री योजना वालों कई फार्म भर के दिते, इन्हां दी कोई सुनाई नहीं हुंदी। आपां सरकार नूं कहिंदे आ ते लोकां तक भी गल पहुंचाने आ, इन्हां दा बेचारियां दा कोई माड़ा मोटा झोंपड़ी बन जावे, कोई वधिया मकान बन जावे, इन्हां दा भी बेचारियां दा वधिया हल हो जावे। उथे ही रेशम देवी ने भी सरकार ते समाज सेवी संस्थावां तो मदद की गुहार लगाई है कि उस दे लई एक कमरा बना के दिता जावे। जानकारी लई दस दिंदिया कि यह विधवा बुजुर्ग औरत गढ़शंकर दे पिंड सतनौर की रहन वाली है ते इस बुजुर्ग औरत कोल कोई भी मोबाइल नहीं है ते इस लई इस वीडियो विच कोई भी कॉन्टैक्ट नंबर नहीं दिता गया। जेकर कोई भी दानी सज्जन इस बुजुर्ग औरत की मदद करना चाहता है तो वह गढ़शंकर के पिंड सतनौर विखे पहुंच के इन्हां दी खुद मदद कर सकते हैं। इत्थे ये भी दस देना चाहते हाँ कि जेकर किसी भी शरारती अंसर वालों कमेंट सैक्शन दे विच किसी भी तरह का अकाउंट नंबर या फिर कोई भी कॉन्टैक्ट नंबर दिता जाता है तो उसते भरोसा ना किया जाए। कमेंट सैक्शन विच दिते गए किसी भी कॉन्टैक्ट नंबर के अकाउंट नंबर की पुष्टि रंगला टीवी नहीं करता है। रंगला टीवी लई गढ़शंकर तो गुरदीप सिंह की रिपोर्ट।